ਕੋਈ ਸੁਰਾਗ ਨਹੀਂ ਉਸ ਪਰਿਵਾਰ ਨੂੰ ਮਿਲਿਆ। ਅੱਛਾ, ਉਸ ਸਮੇਂ ਤੱਕ ਕੋਈ ਪੁਲਿਸ ਦੀ ਜਵਾਬਦੇਹੀ ਕਿੱਦਾਂ ਦੀ ਸੀ ਵੀ ਅੱਜ ਜੇ ਕੋਈ ਚੁੱਕਦਾ ਅਤੇ ਬੰਦਾ ਥਾਣੇ ਜਾਂਦਾ, ਚੌਂਕੀ ਜਾਂਦਾ, ਵੱਡੇ ਅਫਸਰ ਨੂੰ ਮਿਲਦਾ? ਮੈਂ ਉਸ ਵੇਲੇ ਦਾ ਮਾਹੌਲ ਪੁੱਛਣਾ ਚਾਹੁੰਦਾ ਕਿ ਕੁਝ ਚਾਰਾਜੋਈ ਤਾਂ ਚਲੋ ਕੀਤੀ ਹੋਊਗੀ ਕਿ ਸਾਡਾ ਜੀ ਕਿੱਥੇ ਗਿਆ, ਕੋਈ ਸੁਣਵਾਈ ਸੀ? ਇਹਨਾਂ ਪਰਿਵਾਰਾਂ ਦੀ ਸੁਣਾਈ ਕੋਈ ਨਹੀਂ ਜਿੱਥੇ ਬਾਬਾ ਮਾਣੋ ਚਾਲ ਖਾਸ਼ ਕਰੇ ਜਾਂਦਾ। ਕਾਫੀ ਪਿੰਡਾਂ ਦੇ ਜਿਹੜੇ ਪਰਿਵਾਰ ਆ ਇੱਦਾਂ ਹੀ ਜਿਹੜੇ ਕਾਊਂਟਰ ਕੀਤੇ ਗਏ ਆ, ਨਾ ਕੋਈ ਦੱਸਿਆ ਜਾਂਦਾ ਸੀ ਅਤੇ ਨਾ ਕੋਈ ਪੁੱਛ ਸਕਦਾ ਸੀ। ਇੰਨਾ ਉਦੋਂ ਜੰਗਲ ਦਾ ਰਾਜ ਚੱਲ ਰਿਹਾ ਸੀ, ਖਾਸ ਕਰਕੇ ਇੱਥੇ ਜਿਹੜੇ ਤਰਨ ਤਾਰਨ ਹਲਕੇ ਦੇ ਜਿਹੜੇ ਬਾਬੇ ਮਾਣੋ ਚਾਲ ਨਾਲ ਰਿਲੇਟਡ ਬੰਦੇ ਸੀ ਨਾ, ਉਹਨਾਂ ਬਾਰੇ ਇਹੋ ਹੀ ਰੀਲ ਚੱਲ ਰਹੀ ਸੀ, ਨਾ ਦੱਸਿਆ ਜਾਂਦਾ ਸੀ। ਬਾਬੇ ਮਾਣੋ ਚਾਲ ਦੇ ਸਾਥੀ ਤਾਂ ਕਈ ਸ਼ਹੀਦ ਹੋਏ, ਉਹਨਾਂ ਦੀ ਟਾਈਗਰ ਫੋਰਸ ਦੇ ਜਿਹੜੇ ਜੂਝਣ ਵਾਲੇ ਸੀ ਉਹ ਚਾਹੇ ਲੜਦੇ ਸ਼ਹੀਦ ਹੋਏ, ਭਾਈ ਦਇਆ ਸਿੰਘ ਚੋਹਲਾ ਸਾਹਿਬ ਵਾਂਗ ਜਾਂ ਕਿਸੇ ਨੂੰ ਫੜ ਕੇ ਸ਼ਹੀਦ ਕਰ ਦਿੱਤਾ। ਇਸ ਤੋਂ ਇਲਾਵਾ ਜਿਹੜਾ ਕਿਸੇ ਬਜ਼ੁਰਗ ਨੂੰ ਜਾਂ ਹੋਰ ਨੂੰ ਕਿ ਰਿਸ਼ਤੇਦਾਰ ਨੂੰ ਪਨਾਹ ਦੇਣ ਵਾਲੇ ਨੂੰ ਅਜਿਹੇ ਕੇਸ ਕਿੰਨੇ ਵਾਪਰੇ ਆ ਕਿ ਜਿਵੇਂ ਇਸ ਪਰਿਵਾਰ ਨਾਲ ਹੋਇਆ, ਉਹਨਾਂ ਦਾ ਅੱਜ ਉੱਥੇ ਘਰ ਘਾਹ ਗਿਆ ਹੋਇਆ, ਘਰੇ ਰਹਿਣ ਵਾਲਾ ਕੋਈ ਨਹੀਂ, ਅਤੇ ਇਹ ਇਹ ਕੁਛ ਤੁਹਾਨੂੰ ਕਿਵੇਂ ਤੁਹਾਡੀ ਸਮਝ 'ਚ ਆ ਕਿ ਕਿੰਨਾ ਕੁ ਵਾਪਰਿਆ ਕੁਛ? ਇਹ ਇਸ ਇਲਾਕੇ 'ਚ ਬਹੁਤ ਵਾਪਰਿਆ ਜੀ। ਉਹਦੇ ਤੋਂ 3 ਕਿਲੋਮੀਟਰ ਦੂਰ ਆ ਪਿੰਡ ਸੰਗਤਪੁਰਾ ਜੀ, ਉਹ ਵੀ ਬਾਬੇ ਮਾਣੋ ਚਾਲ ਦੀ ਬੜੀ ਨਿੱਜੀ ਬਹਿਗ ਸੀ, ਉਹਨਾਂ ਦੀ ਭੈਣ ਜੀ ਵੀ ਉੱਥੇ ਵਿਆਹੇ ਸੀ। ਹਾਂਜੀ ਹਾਂਜੀ, ਉਹ ਵੀ ਅੱਜ ਤੱਕ ਫੌਜੀ ਸੀ ਸਾਬਕਾ, ਉਹਦਾ ਪਤਾ ਨਹੀਂ ਲੱਗਾ ਕਿੱਥੇ ਗਿਆ ਕਿੱਥੇ ਨਹੀਂ ਗਿਆ, ਘਰੋਂ ਖੜਿਆ ਉਹਨੂੰ ਚੁੱਕ ਕੇ। ਉਹਦੇ ਤੋਂ 5 ਕਿਲੋਮੀਟਰ ਦੂਰ ਆ ਪਿੰਡ ਫੇਲੋ ਕੇ ਜੀ, ਉੱਥੋਂ ਦੇ ਵੀ ਸਾਡੇ ਜਿਹੜੇ ਬੰਦੇ ਰਿਲੇਸ਼ਨ ਵਾਲੇ ਸੀ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਕੀਤਾ ਗਿਆ, ਜੋ ਮੇਰੇ ਨਾਲ ਜੇਲ੍ਹ 'ਚ ਵੀ ਰਹੇ ਵਿਚਾਰੇ, ਉਹ ਅੱਜ ਚੜ੍ਹਾਈ ਕਰ ਗਿਆ ਸਿੰਘ ਸਾਡਾ ਮੰਗਲ ਸਿੰਘ, ਬੜੀ ਕੁੱਟ ਉਹਨੂੰ ਹੀ ਪਈ। ਉੱਥੋਂ ਲਾਗੇ ਦਲੌਲਪੁਰਾ, ਉੱਥੋਂ ਦੇ ਵੀ ਅਰਜਨ ਸਿੰਘ ਔਰ ਇੱਕ ਸਰਪੰਚ, ਉਹਦੇ ਤੋਂ ਅੱਗੇ ਆ ਜੋ ਟੋਟੀਆਂ ਸਾਦਾ ਸਰਜਾ ਸਿੰਘ ਹੋਣੀ, ਉਹਨਾਂ ਦੇ ਵੀ ਜਿਹੜੇ ਘਰਾਂ ਦੇ ਲੈਂਟਰ ਢਾਏ ਗਏ। ਡੁਗਰੀ ਪਿੰਡ ਆ ਜੋ ਜਿੰਨੇ ਵੀ ਮਾਣੋ ਚਾਲ ਨਾਲ ਰਿਲੇਟਡ ਸੀ ਨਾ, ਉਹਨਾਂ ਪਰਿਵਾਰਾਂ ਦਾ ਬਹੁਤ ਖਿਚਾਈ ਕੀਤੀ ਗਈ। ਉਹਦੇ ਤੋਂ ਬਾਅਦ ਪਿੰਡ ਦੁਗਲ ਵਾਲੇ ਦੇ 3-4 ਉਹ ਸੀ, ਇੱਕ ਹੀ ਦਿਨ ਹੀ 15 ਕਿਰਪਾਲ ਸਿੰਘ ਸਰਪੰਚ ਡੁਗਰੀ ਦਾ, ਸੂਬੇਦਾਰ ਦਾਰਾ ਸਿੰਘ, ਜੀਤ ਸਿੰਘ, ਕਾਫੀ ਜਿਹੜੇ ਪਿੰਡਾਂ ਦੇ ਨਾ, ਇੱਕ ਹੀ ਦਿਨ ਹੀ ਉਹਨਾਂ ਮਾਣੋ ਚਾਲ ਦੇ ਜਿਹੜੇ ਸਮਰਥਕ ਸੀ ਕਾਫੀ ਬਜ਼ੁਰਗ ਆ, ਜਿਹੜੇ ਸਾਰੇ ਸੀਨੀਅਰ ਸਿਟੀਜ਼ਨ ਸੀ, ਇਹ ਨਹੀਂ ਵੀ ਕਿ ਮੁੰਡੇ ਖੁੰਡੇ ਸੀ ਉਹਨਾਂ 'ਚ, ਕੁਛ ਵੀ ਨਹੀਂ, ਬਜ਼ੁਰਗ ਸਾਰੇ ਸੀਨੀਅਰ ਸਿਟੀਜ਼ਨ ਉਦੋਂ 60 ਸਾਲ ਤੋਂ ਸਾਰੇ ਉੱਪਰ ਜਿਹੜੇ ਬੰਦੇ ਉੱਥੇ ਭੇਜੇ ਗਏ ਜੇਲ੍ਹ 'ਚ। ਉਹਦੇ ਤੋਂ ਅੱਗੇ ਪਿੰਡ ਬਾਠ, ਉਹਨਾਂ ਦੇ ਘਰੋਂ ਵੀ ਬਾਬੇ ਮਾਣੋ ਚਾਲ, ਜਦੋਂ ਪਤਾ ਲੱਗਾ ਕਿ ਬਾਬਾ ਮਾਣੋ ਚਾਲ ਇੱਥੇ ਮੌਜੂਦ ਸੀ, ਉਹਨਾਂ ਦਾ ਵੀ ਲੜਕਾ ਅੱਜ ਤੱਕ ਪਤਾ ਨਹੀਂ ਲੱਗਾ ਕਿੱਥੇ ਗਿਆ, ਉਸੇ ਵੇਲੇ ਕਾਊਂਟਰ ਕਰਦਾ। ਉਹਦੇ ਤੋਂ ਅੱਗੇ 3 ਕਿਲੋਮੀਟਰ ਪਿੰਡ ਬਾਗੜੀਆਂ, ਉੱਥੋਂ ਦਾ ਪੈਰਾ ਸਿੰਘ ਵਿਚਾਰਾ, ਉਹਦਾ ਲੜਕਾ ਅਤੇ ਉਹ ਅੱਜ ਤੱਕ ਪਤਾ ਨਹੀਂ ਕਿੱਥੇ ਗਏ ਆ। ਮਤਲਬ ਇੰਨੇ ਪਰਿਵਾਰਾਂ ਦਾ ਨੁਕਸਾਨ ਹੋਇਆ ਇਸੇ ਲੈਣ ਦੇ ਵਿੱਚ ਜਿਹੜੇ ਮਾਣੋ ਚਾਲ ਦੇ ਨਾਲ ਰਿਲੇਸ਼ਨ ਰੱਖਦੇ ਸੀ, ਕਿਉਂਕਿ ਕੋਈ ਪੁੱਛ ਨਹੀਂ, ਕੋਈ ਸੁਣਵਾਈ ਨਹੀਂ ਇਹਦੇ ਬਾਰੇ। ਤੁਸੀਂ ਖੁਦ ਜਗਮੀਤ ਬਰਾੜ ਦੀਆਂ ਤਕਰੀਰਾਂ ਵੀ ਸੁਣਦੇ ਰਹੇ ਹੋਗੇ, ਜਿਹੜਾ ਪਾਰਲੀਮੈਂਟ 'ਚ ਬੋਲਦਾ ਰਿਹਾ ਇਹਨਾਂ ਲੋਕਾਂ ਦੇ ਹੱਕ 'ਚ, ਕਾਂਗਰਸ MP ਹੋਣ ਦੇ ਬਾਵਜੂਦ ਵੀ, ਕਿਉਂਕਿ ਉਹ ਬੇਅੰਤ ਸਿੰਘ ਨੂੰ ਬਿਨ ਸਿਮਨ ਕੂਕਰ ਹੜਕਾਇਆ ਜਾਂਦਾ ਸੀ,
ਕਿਉਂਕਿ ਆਵਾਜ਼ ਉਠਾਉਂਦੇ ਸੀ ਪਰ ਗਾੜੀ ਸੁਣਵਾਈ ਕੋਈ ਨਹੀਂ ਹੁੰਦੀ। ਤੁਸੀਂ ਕਾਰ ਸੇਵਾ ਬਾਬਾ ਸੇਵਾ ਸਿੰਘ ਦੀ ਉਹ ਕਟਾਈ ਹੋਈ, ਲੱਤਾਂ ਤੋੜੀਆਂ ਗਈਆਂ, ਬਾਬਾ ਘੋਲਾ ਸਿੰਘ ਦੀਆਂ ਤੋੜੀਆਂ ਗਈਆਂ, ਬਾਬਾ ਚਰਨ ਸਿੰਘ ਕਾਰ ਸੇਵਾ ਅੱਜ ਤੱਕ ਪਤਾ ਨਹੀਂ ਕਿੱਥੇ ਆ, ਉਹਨਾਂ ਨੂੰ ਜੀਪ ਦੇ ਮਗਰ ਪਾ ਕੇ, ਲਾਡੀ ਹੀ ਇੱਥੇ ਬਹਿਲੇ ਦਾ ਮਦਨ ਸਿੰਘ ਬੱਦੇ ਜਿਹੜਾ ਸੁਰਜੀਤ ਦੇ ਨਾਲ, ਉਹਦਾ ਬਾਪ ਅੱਜ ਤੱਕ ਪਤਾ ਨਹੀਂ ਕਿੱਥੇ ਆ, ਪਿਆਰਾ ਸਿੰਘ ਸਰਪੰਚ ਬਹਿਲੇ ਦਾ ਸੀ ਉਹ ਪਤਾ ਨਹੀਂ ਕਿੱਥੇ, ਇਹ ਸਾਰੇ ਬਜ਼ੁਰਗ, ਇਹ ਨਹੀਂ ਵੀ ਇਹ ਕੋਈ ਯੰਗ ਮੈਨ ਹੀ, ਇਹ ਜਿੰਨੇ ਮੈਂ ਤੁਹਾਨੂੰ ਗਿਣਾ ਰਿਹਾ ਸਾਰੇ ਸੀਨੀਅਰ ਸਿਟੀਜ਼ਨ ਆ। ਜਿਹੜੇ 15 ਦੀ ਤੁਸੀਂ ਗੱਲ ਪਹਿਲਾਂ ਕਹੀ ਆ, ਉਹ ਸ਼ਹੀਦ ਕਰ ਦਿੱਤੇ ਕਿ ਜੇਲ੍ਹ ਭੇਜੇ ਸੀ? ਨਹੀਂ ਉਹ ਜੇਲ੍ਹ 'ਚ ਭੇਜੇ, ਉਹ ਸਾਰੇ ਬਾਹਰ ਆ ਗਏ, ਬਜ਼ੁਰਗ ਸੀ ਉਹ ਸਾਰੇ। ਹਾਂ ਅੱਛਾ, ਹਾਂ ਉਹਨਾਂ ਦੇ ਕੀ ਭਾਵ ਬਖਸ਼ਿਆ ਕੋਈ ਨਹੀਂ ਗਿਆ ਜਿਹੜਾ ਮਾਣੋ ਚਾਲ ਦੇ ਨਾਲ ਸੰਬੰਧਿਤ ਸੀ ਨਾ, ਜਾਂ ਉਹ ਜੇਲ੍ਹੇ ਭੇਜਿਆ ਗਿਆ ਜਾਂ ਉਹਦੀ ਕਾਊਂਟਰ ਕੀਤਾ ਗਿਆ। ਬਾਬਾ ਹਰਦਿਆਲ ਸਿੰਘ ਲਾ ਲਓ ਕਾਰਸੇ ਵਾਲਾ, ਉਹ ਵੀ ਅੱਜ ਤੱਕ ਪਤਾ ਨਹੀਂ ਕਿੱਥੇ ਗਿਆ, ਅੱਜ ਤੱਕ ਉਹਦਾ ਥੋ ਪਤਾ ਹੀ ਨਹੀਂ ਲੱਗਾ। ਇਹ ਗੱਲਾਂ ਬਾਬੇ ਮਾਣੋ ਚਾਲ ਤੱਕ ਵੀ ਹੋ ਸਕਦਾ ਇੱਕ ਦੋ ਦਿਨਾਂ ਤੱਕ ਪਹੁੰਚ ਜਾਂਦੀਆਂ ਹੋਣ, ਫਲਾਣਾ ਚੁੱਕ ਲਿਆ, ਫਲਾਣਾ ਸ਼ਹੀਦ ਕਰ ਦਿੱਤਾ। ਹਾਂਜੀ, ਬਾਬੇ ਦੇ ਮਨੋਬਲ ਦੇ ਉੱਤੇ ਕੋਈ ਇਸ ਇਹਨਾਂ ਗੱਲਾਂ ਨੂੰ ਉਹਨਾਂ ਡਿੱਗਣ ਦੀ ਕੋਸ਼ਿਸ਼ ਕੀਤੀ? ਤੁਸੀਂ ਮਿਲਦੇ ਰਹੇ ਹੋਗੇ। ਵੇਖੋ ਜੀ, ਉਹ ਬੰਦਾ ਬਹੁਤ ਜ਼ਿਆਦਾ ਪਰਮਾਤਮਾ ਨਾਲ ਜੁੜਿਆ ਹੈ, ਉਹ ਇਹਨਾਂ ਗੱਲਾਂ ਤੋਂ ਉੱਪਰ ਹੀ ਜੀ, ਕਿਉਂਕਿ ਉਹ ਕਹਿੰਦਾ ਸੀ ਕਿ ਇਹ ਮੇਰੇ ਪੇਸ਼ ਹੀ ਇਹ ਚੀਜ਼ ਪਈ ਆ, ਮੈਂ ਗੁਰਮਤ ਨੂੰ ਮੰਨਣ ਵਾਲਾ, ਜਿਸ ਦਿਨ ਮੇਰੇ ਪਿੰਡ ਇਹ ਮੁਕਾਬਲਾ ਹੋਇਆ ਅਤੇ ਮੈਂ ਜਾ ਕੇ ਸ਼ਾਮੀ ਦੱਸਿਆ ਪਿੰਡ ਦੁਗਲ ਵਾਲਾ ਕਿ ਬਾਬਾ ਜੀ ਤੁਹਾਡਾ ਸਾਥੀ ਇੱਦਾਂ ਚੜ੍ਹਾਈ ਕਰ ਗਿਆ ਅਤੇ ਨਾਲ ਮੇਰਾ ਵੀ ਉਹ ਸਾਥੀ ਪਿੰਡ ਦਾ ਸੀ ਜਿਹੜਾ ਮੁੰਡਾ, ਉਹ ਚੜ੍ਹਾਈ ਕਰ ਗਏ ਦੋਵੇਂ। ਉਸ ਦਿਨ ਬਾਬਾ ਮਾਣੋ ਚਾਲ ਆਪ ਰੋਇਆ ਕਿ ਅੱਜ ਜਿਹੜਾ ਦਾ ਸਭ ਤੋਂ ਵੱਧ ਜਿਹੜਾ ਮੇਰਾ ਦੁੱਖ ਵਾਲਾ ਦਿਨ ਹੈ। ਉਹ ਬੜੇ ਵਿਰੜੇ ਕੀਤੇ ਕਿ ਪਰਮੇਸ਼ਰ ਦੇ ਗੜ ਕੇ ਕਿ ਮੈਂ ਤਾਂ ਇੱਕ ਧਾਰਮਿਕ ਵਿਚਾਰਾਂ ਦਾ ਬੰਦਾ ਅਤੇ ਮੈਨੂੰ ਕਿੱਧਰ ਤੋਰਿਆ ਗਿਆ ਜਿਹੜੀ ਮੇਰੀ ਕਿਸਮਤ ਆ, ਕਿਉਂਕਿ ਲੋਕਾਂ ਦੀਆਂ ਮਾਵਾਂ ਸਾਨੂੰ ਰੋ ਰਹੀਆਂ ਵਾਂ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਣ ਡਏ ਆ। ਉਸ ਦਿਨ ਉਹਨੇ ਬਹੁਤ ਵਿਰੜੇ ਕੀਤੇ, ਉੱਦਾਂ ਮੈਂ ਉਹਨੂੰ ਇੰਨੇ ਸਾਲ ਰਿਲੇਸ਼ਨ ਰਿਹਾ, ਮੇਰੇ ਨਾਲ ਬਹੁਤ ਭਰਾਵਾਂ ਵਾਲਾ ਪਿਆਰ ਰਿਹਾ ਬਾਬੇ ਮਾਣੋ ਚਾਲ ਦਾ, ਮੈਂ ਉਹਨੂੰ ਕਦੀ ਰੋਂਦਾ ਨਹੀਂ ਵੇਖਿਆ। ਇਹ ਭਾਈ ਦਿਆਸ ਹੋਂ ਅਤੇ ਉੱਦਣ ਉਹਦਾ ਥਰੂ ਡਿੱਗੇ ਵੀ ਮੈਂ ਬਹੁਤ ਗਲਤ ਹੋਇਆ ਮੇਰੇ ਨਾਲ। ਅਤੇ ਮੈਂ ਹੋਰ ਮੁਕਾਬਲਿਆਂ ਬਾਰੇ ਪੁੱਛਣਾ ਚਾਹੁੰਦਾ। ਰਿਟਾਇਰਡ ਪਿੰਡ ਬਾਬੇ ਮਾਣੋ ਚਾਲ ਦੀ ਜਥੇਬੰਦੀ ਦਾ ਗੜ੍ਹ ਰਿਹਾ। ਹਾਂਜੀ ਹਾਂਜੀ, ਪਹਿਲਾ ਇਲਾਕਾ ਵੀ ਵਣਚੜੀ ਇਲਾਕਾ ਜਿੱਥੇ ਆਪਾਂ ਹੁਣ ਬੈਠੇ ਹਾਂ। ਹਾਂਜੀ ਹਾਂਜੀ, ਪਹਿਲਾਂ ਦੱਸੋ ਸਾਨੂੰ ਰਟੌਲ ਦੇ ਵਿੱਚ ਜਿਹੜਾ ਵੱਡਾ ਮੁਕਾਬਲਾ ਹੋਇਆ ਜਦੋਂ ਆਈ ਜੀ ਡੀ ਆਈ ਜੀ ਮਾਰਿਆ ਜਾਂਦਾ, ਉਸ ਮੁਕਾਬਲੇ ਦੇ ਵਿੱਚ ਜੋ ਜੋ ਖਬਰਾਂ ਤੁਹਾਡੇ ਤੱਕ ਆਈਆਂ, ਮੈਂ ਆਸ ਕਰਦਾ ਕਿ ਤੁਹਾਡੇ ਤੱਕ ਗੋਲੀ ਦੀ ਆਵਾਜ਼ ਵੀ ਆ ਰਹੀ ਹੋਊਗੀ ਉਸ ਟਾਈਮ, ਕੀ ਜਾਣਦੇ ਹੋ ਉਸ ਬਾਰੇ? ਵੇਖੋ ਜੀ, ਉਹ ਜਿਹੜਾ ਮੁਕਾਬਲਾ ਹੋਇਆ ਨਾ, ਉਦੋਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ, ਕਿਉਂਕਿ ਜਿਹੜਾ ਬਾਬਾ ਮਾਣੋ ਚਾਲ ਸੀ ਉਹ ਇਲੈਕਸ਼ਨ ਲੜਨ ਦੇ ਹੱਕ 'ਚ ਸੀ, ਬਾਕੀ ਜਿਹੜੀਆਂ ਜਥੇਬੰਦੀਆਂ ਸੀ ਕੁਝ ਉਹ ਬਾਈਕਾਟ ਕਰਨ ਦੇ ਹੱਕ 'ਚ। 1991 ਵਾਲੀ ਕਿ 92 ਵਾਲੀ? 91 ਵਾਲੀ, ਜੂਨ 1991 ਜਿਹੜੀ, ਜੂਨ 1991 'ਚ ਜਿਹੜੀ ਕੈਂਸਲ ਕਰਤੀ, ਇਹਨਾਂ ਨੇ ਹਮਾਇਤ ਦਿੱਤੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ। ਉਦੋਂ ਜਿਹੜੀ ਵੀ ਮੀਟਿੰਗ ਹੁੰਦੀ ਸੀ ਉਹ ਮੇਰੇ ਪਿੰਡ ਹੁੰਦੀ ਸੀ, ਮੇਰੇ ਕੋਲ ਹੁੰਦੀ ਸੀ ਇੱਥੇ, ਕਿਉਂਕਿ ਕੰਵਰ ਸਿੰਧ ਵਰਗੇ ਜਾਂ ਕੈਪਟਨ ਕੰਵਰਜੀਤ, ਨੱਤਾ ਸਿੰਘ ਦਾਲਮ, ਆ ਭਾਈ ਮਨਜੀਤ ਸਿੰਘ, ਹਰਮਿੰਦਰ ਗੇਲੇ ਤਾਂ ਰੋਜ਼ ਮੇਰੇ ਪਿੰਡ ਰਹਿੰਦੇ ਸੀ, ਜਿਹੜੇ ਕਿ ਨਿੱਜੀ ਤੌਰ 'ਤੇ ਮੈਨੂੰ ਜਾਣਦੇ ਚੰਗੀ ਤਰ੍ਹਾਂ, ਰਣਜੀਤ ਸੱਜਲ ਵੱਡੀ, ਅੱਜ ਕੱਲ੍ਹ ਸੁਖਪਾਲ ਖਹਿਰਾ ਇਹਦਾ ਬਾਪ, ਸੁਖਦਿੰਦਰ ਸਿੰਘ ਵਿਦਿਆ ਮੰਦਰ,
ਇਹ ਬਨਚੜੀ ਪਿੰਡ 'ਚ ਕੋਈ ਲੀਡਰ ਨਹੀਂ ਜਿਹੜਾ ਨਾ ਆਇਆ ਹੋਊਗਾ। ਬਾਬੇ ਮਾਣੋ ਚਾਲ ਨੂੰ ਮਿਲ ਕੇ ਬਾਬਾ ਜੀ ਸਾਨੂੰ ਹਮਾਇਤ ਦਿਓ, ਸਾਨੂੰ ਜਿਹੜਾ ਮਾਨ ਸਾਹਿਬ ਨਾਲ ਵਿਚਾਰ ਹੋਏ। ਬਾਬਾ ਮਾਣੋ ਚਾਲ ਗਾੜੀ ਵਿਚਾਰਾਂ ਨਾਲ ਆਉਂਦਾ ਕਿ ਮੈਂ ਭਾਈ ਤੁਹਾਨੂੰ ਸਭ ਨੂੰ ਵੇਖਿਆ, ਮਾਨ ਸਾਹਿਬ ਹੋਣਾਂ ਨੂੰ ਨਾ ਇਹੋ ਗੱਲ ਕਹੀ ਸੀ ਵੀ ਮਾਨ ਸਾਹਿਬ ਜੇ ਤੁਸੀਂ ਕੁਰਬਾਨੀ ਕੀਤੀ ਤਾਂ ਤੁਹਾਨੂੰ 4 ਲੱਖ ਵੋਟ 'ਤੇ ਜਿਤਾਇਆ, ਪਰ ਮੈਨੂੰ ਕੋਈ ਜਵਾਬ ਦਿਓ ਵੀ ਆਪਾਂ ਸਿੱਖ ਕੌਮ ਨੂੰ ਕੀ ਦੇਣ ਦੇ ਸਕੇ ਹਾਂ। ਜੇ ਆਪਾਂ ਇਹ ਕਿਰਪਾਨ ਹੀ ਕਹਾਉਣੀ, ਕਿਰਪਾਨਾਂ ਵਾਲੇ ਮੇਰੇ ਕੋਲ ਆਵੇ ਬੜੇ ਬੈਠੇ ਆ, ਤੁਹਾਨੂੰ ਤਾਂ ਇਸੇ ਕਰਕੇ ਚੁਣ ਕੇ ਭੇਜਿਆ ਕਿ ਤੁਸੀਂ ਸਾਡੀ ਹਾਈ ਲੈਵਲ 'ਤੇ ਕੋਈ ਮੁੱਦੇ ਦੀ ਗੱਲ ਪਹੁੰਚਾਓ, ਕਿਉਂਕਿ ਉਹ ਇੱਕ ਜਿਹੜਾ ਖਾੜਕੂ ਸੀ, ਇਹ ਖਾੜਕੂ ਬਾਦ ਦੇ ਵਿੱਚ ਬਾਬਾ ਮਾਣੋ ਚਾਲ ਇਹ ਵਿਚਾਰ ਰੱਖਦਾ ਸੀ ਕਿ ਆਪਾਂ ਗੋਲੀ ਦੇ ਨਾਲ ਮਸਲਾ ਹੱਲ ਨਹੀਂ ਕਰ ਸਕਦਾ, ਕਦੀ ਵੀ ਬੈਠ ਕੇ ਮਸਲਾ ਹੱਲ ਹੁੰਦਾ, ਆਪਾਂ ਆਪਣੀ ਜਨਤਾ ਦੀ ਲੜਾਈ ਲੜ ਰਹੇ ਹਾਂ ਅਤੇ ਜਨਤਾ ਦਾ ਸਹਿਯੋਗ ਲਈਏ ਅਤੇ ਫਿਰ ਸਾਡੀ ਜਿਹੜੀ ਇਹ ਚੁਣੀ ਹੋਈ ਸਰਕਾਰ ਆ ਇਹ ਸਾਡੀ ਇੱਕ ਹਮਾਇਤ ਦੀ ਆਵਾਜ਼ ਉਠਾਵੇ ਅਤੇ ਫਿਰ ਸਾਡਾ ਜਿਹੜਾ ਵਾ ਮਸਲਾ ਸਹੀ ਹੋ ਸਕਦਾ, ਫਿਰ ਅਸੀਂ ਕਿਸੇ ਮਿਸ਼ਨ 'ਤੇ ਪਹੁੰਚ ਸਕਦੇ ਹਾਂ। ਸੋ ਇਹਨਾਂ ਗੱਲਾਂ ਨੂੰ ਸੋਚਦੇ ਹੋਏ ਬਾਬਾ ਮਾਣੋ ਚਾਲ ਨੇ ਭਾਈ ਮਨਜੀਤ ਸਿੰਘ ਦੀ ਚੋਣ ਕੀਤੀ ਕਿ ਚਲੋ ਸੰਤ ਕਰਤਾਰ ਸਿੰਘ ਉਹਨਾਂ ਦੇ ਭਚੰਗੀ ਆ, ਉਹਨਾਂ ਦੇ ਬੇਟੇ ਆ, ਭਾਈ ਅਮਰੀਕ ਸਿੰਘ ਉਹਨਾਂ ਦੇ ਭਰਾ ਵਾ, ਅਤੇ ਫਿਰ ਇਹਨਾਂ ਕਰਕੇ ਇਹਨਾਂ ਦੀ ਭਾਈ ਮਨਜੀਤ ਸਿੰਘ ਦੀ ਚੋਣ ਕੀਤੀ। ਇਹਦੀ ਰਹਿਨਮਾਈ ਹੇਠ ਭਾਈ ਮਨਜੀਤ ਸਿੰਘ ਉਹਨਾਂ ਦੇ ਇਹ ਜਿਹੜੀ ਚੋਣ ਲੜੀ ਗਈ ਆਲ ਐਂਡ ਸਿੱਖਿਆ ਸਿੱਖ ਸ਼ਡਿਊਲ ਫੈਡਰੇਸ਼ਨ ਨੂੰ ਹਮਾਇਤ ਦਿੱਤੀ ਗਈ। ਲੜੀ ਜਾਣੀ ਸੀ, ਹਾਂ ਲੜੀ ਗਈ ਸੀ ਜੀ। 21 ਜੂਨ ਨੂੰ ਤੜਕੇ 4 ਵਜੇ ਉਹ ਕੈਂਸਲ ਹੋਈ ਆ, 22 ਜੂਨ ਨੂੰ ਵੋਟਾਂ ਪੈਣੀਆਂ। ਪ੍ਰਜੈਗੰਡ ਸਰ ਮੈਨੂੰ ਮਿਲ ਕੇ ਗਿਆ, ਮੈਂ ਖੁਦ ਉਦੋਂ ਉਮੀਦਵਾਰ ਹਾਂ ਤਰਨ ਤਾਰਨ ਹਲਕੇ ਤੋਂ, ਭਾਈ ਅਮਰਜੀਤ ਸਿੰਘ ਗੋਂਦੜ, ਮੈਂ ਵੀ ਇਸ ਫੈਡਰੇਸ਼ਨ ਦੇ ਵਿੱਚ ਉਦੋਂ MLA ਦੀ ਉਮੀਦਵਾਰੀ ਚੋਣ ਲੜ ਰਿਹਾ ਸੀ। 21 ਜੂਨ ਨੂੰ ਲੜੀ ਗਈ, ਸਾਰੇ ਖਰਚੇ ਹੋਏ, ਪ੍ਰਜੈਗੰਡ ਸਰ ਮਿਲ ਮਿਲ ਕੇ ਗਏ। ਇਹ ਇਤਿਹਾਸ ਦੀ ਪਹਿਲੀ ਗੱਲ ਹੈ ਕਿ 24 ਘੰਟੇ ਪਹਿਲਾਂ ਹੀ ਜਿਸ ਵੇਲੇ ਰਾਓ ਪ੍ਰਧਾਨ ਮੰਤਰੀ ਬਣਿਆ ਉਹਨੇ ਪਹਿਲੀ ਆਪਣੀ ਮੀਟਿੰਗ ਸੱਦ ਕੇ ਕੈਬਨਿਟ ਦੀ ਅਤੇ ਇਹੋ ਹੀ ਐਲਾਨ ਕਰਵਾਇਆ ਕਿ ਜਿਹੜੀ ਪੰਜਾਬ ਦੀ ਚੋਣ ਆ ਉਹ ਕੈਂਸਲ ਕੀਤੀ ਜਾਵੇ। ਉਹਨੂੰ ਪੱਕੀ ਰਿਪੋਰਟਾਂ ਜਾ ਰਹੀਆਂ CID ਦੀਆਂ ਕਿ ਜਿੰਨੇ ਵੀ ਨੌਜਵਾਨ ਮੁੰਡੇ ਖਲੋਤੇ ਆ ਇਹ ਸਾਰੇ ਬਾਬੇ ਮਾਣੋ ਚਾਲ ਨਾਲ ਰਿਲੇਸ਼ਨ ਵਾਲੇ ਆ, ਉਹਦੀ ਰਹਿਨਮਾਈ ਹੇਠ ਇਹ ਚੱਲ ਰਹੀ ਆ ਮੂਵਮੈਂਟ, ਅਤੇ ਜੇ ਇਹ ਪਾਰਟੀ ਬਣ ਗਈ ਤਾਂ ਹੋ ਸਕਦਾ ਵੀ ਇਹ ਕਿਹਦਾ ਜਿਹੜਾ ਨਿਸ਼ਾਨਾ ਵਾ ਉਹ ਸਹੀ ਬੰਨੇ ਨੂੰ ਚੱਲ ਸਕੇ। ਸੋ ਉਹਨਾਂ ਪਹਿਲੀ ਜਿਹੜੀ ਕੇਂਦਰ ਦੀ ਮੀਟਿੰਗ ਇਹ ਰਾਓ ਨੇ ਬਿਠਾ ਕੇ ਅਤੇ ਇਹ ਕੈਂਸਲ ਕੀਤੀ। ਆਪਾਂ ਥੋੜ੍ਹੀ ਜਿਹੀ ਗੱਲ 1992 ਬਾਰੇ ਵੀ ਕਰ ਲਈਏ। ਦੂਜੀ ਵਾਰੀ ਵੀ ਫਿਰ ਭਾਈ ਮਨਜੀਤ ਸਿੰਘ ਦੇ ਉੱਤੇ, ਮਨਜੀਤ ਸਿੰਘ ਭਾਈ ਦੇ ਉੱਤੇ ਯਕੀਨ ਕੀਤਾ ਹੋਊਗਾ ਬਾਬਾ ਮਾਣੋ ਚਾਲ ਨੇ, ਅਨੰਦਪੁਰ ਸਾਹਿਬ ਫਿਰ ਕੀ ਹੋਇਆ? ਵੇਖੋ ਜੀ, ਭਾਈ ਮਨਜੀਤ ਸਿੰਘ 'ਤੇ ਉਹਨਾਂ ਨਾਲ ਫੁੱਲ ਯਕੀਨ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੰਤ ਕਰਤਾਰ ਸਿੰਘ ਉਹਨਾਂ ਦੇ ਬੇਟੇ ਆ। ਭਾਈ ਜੇ ਭਾਈ ਮਨਜੀਤ ਸਿੰਘ ਵੀ ਸੰਤ ਕਰਤਾਰ ਸਿੰਘ ਉਹਨਾਂ ਦੇ ਬੇਟੇ ਆ, ਉਹਨਾਂ ਦੀ ਪੱਕੀ ਹਮਾਇਤ ਸੀ ਇਹਨਾਂ ਨੂੰ, ਪਰ ਜਿਸ ਵੇਲੇ ਇਹਨਾਂ ਨੇ ਬਾਈਕਾਟ ਕੀਤਾ, ਦੂਜੀਆਂ ਪਾਰਟੀਆਂ ਦੇ ਦੂਜੀਆਂ ਜਥੇਬੰਦੀਆਂ ਦੇ ਵਿਸ਼ਵਾਸ 'ਚ ਆਏ, ਇਹਨਾਂ ਬਾਬੇ ਮਾਣੋ ਚਾਲ ਦੀ ਸਲਾਹ ਤੱਕ ਨਹੀਂ ਲਈ, ਇਹਨਾਂ ਨੇ ਉਹਨਾਂ ਦੇ ਬਿਨਾਂ ਸਲਾਹ ਤੋਂ ਇਹ ਬਾਈਕਾਟ ਕੀਤਾ ਜੀ। ਮਾਣੋ ਬਾਬੇ ਮਾਣੋ ਚਾਲ ਨੂੰ ਨਹੀਂ ਪੁੱਛਿਆ ਗਿਆ ਉਸ ਸਮੇਂ। ਫਿਰ ਉਸ ਤੋਂ ਬਾਅਦ ਕੀ ਜਿਹੜੀ ਗੱਲਬਾਤ ਹੋਈ? ਉਸ ਤੋਂ ਬਾਅਦ ਫਿਰ ਇਹ ਬਾਈਕਾਟ ਕਰਕੇ ਉਹਦੇ ਕੋਲ ਗਏ ਆ,
ਉਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਇੱਕ ਤੁਹਾਡੇ ਪਿਤਾ ਦੇ ਮਹਾਂਪੁਰਸ਼ ਹੋਣ ਦੇ ਨਾਤੇ ਤੁਹਾਨੂੰ ਹਮਾਇਤ ਦਿੱਤੀ, ਪਰ ਮੈਨੂੰ ਤੁਸੀਂ ਉਹ ਨਹੀਂ ਦੇਹੇ। ਹੁਣ ਮੇਰੇ ਮੌਤ ਦੇ ਵਾਰੰਟਾਂ ਦੇ ਸਾਈਨ ਕਰਕੇ ਮੇਰੇ ਕੋਲ ਆਏ ਜੀ, ਹੁਣ ਤੁਸੀਂ ਮੇਰੇ ਕੋਲੋਂ ਚਲੇ ਜਾਓ। ਕਹਿੰਦੇ ਬਾਬਾ ਜੀ ਨੇ ਕਾਫੀ ਹੱਦ ਤੱਕ ਝਾੜ ਵੀ ਪਾਈ, ਇਹੋ ਝਾੜ ਪਾਈ ਕਿ ਮੇਰੀ ਮੌਤ ਦੇ ਵਾਰੰਟ ਦੇ ਸਾਈਨ ਕਰਕੇ ਆ ਗਿਆ। ਮੈਂ ਸੋਚਿਆ ਸੀ ਤੂੰ ਕੌਮ ਦਾ ਕੋਈ ਸਵਾਰ ਸਕੇਗਾ, ਬੜੇ ਸ਼ਹੀਦ ਪਰਿਵਾਰ ਨਾਲ ਨੂੰ ਸੰਬੰਧਿਤ ਆ, ਭਾਈ ਅਮਰੀਕ ਸਿੰਘ ਦਾ ਬਰਦ ਭਰਾ ਵਾਂ, ਸੰਤ ਕਰਤਾਰ ਸਿੰਘ ਦਾ ਤੂੰ ਬੇਟਾ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਆ, ਹੁਣ ਕੀ ਲੈਣਾ ਮੇਰੇ ਕੋਲ ਜਦੋਂ ਮੇਰੀ ਸਲਾਹ ਤੱਕ ਨਹੀਂ ਲਈ। ਉਹ ਬਾਅਦ 'ਚ ਫਿਰ ਉਹਨਾਂ ਮੈਨੂੰ ਵੀ ਕਿਹਾ ਕਿ ਉਹ ਤਾਂ ਸ਼ਹੀਦ ਹੋ ਗਿਆ, ਅਤੇ ਤੁਸੀਂ ਇੱਦਾਂ ਕਰੋ ਵੀ ਖਾੜਕੂ ਪਰਿਵਾਰਾਂ ਦੇ ਬੰਦੇ ਖਿਲਾਰ ਦਿਓ, ਫਿਰ ਵੀ ਆਪਾਂ ਨੂੰ ਕਾਮਯਾਬੀ ਮਿਲ ਜਾਣੀ ਆ। ਉਸੇ ਵੇਲੇ ਮੁੜ ਕੇ ਮੈਨੂੰ ਵੀ ਚੁੱਕਿਆ ਗਿਆ। ਅੱਛਾ, ਕਿੰਨੀ ਤਰੀਕ ਨੂੰ? ਮੈਨੂੰ ਮੇਰਾ ਖਿਆਲ ਆ ਕਿ ਮੈਨੂੰ ਉਦੋਂ 13-14 ਜਨਵਰੀ ਨੂੰ ਆ ਕੇ ਤਾਂ ਇੱਥੇ ਚੁੱਕਿਆ ਗਿਆ, ਆਰਮੀ ਆਈ ਘੇਰਾ ਪੈ ਗਿਆ। ਉਸੇ ਵੇਲੇ ਮੈਂ ਅਜੇ ਪਿੰਡ ਹੀ ਘਰ ਰਹਿੰਦਾ ਵੀ ਮੈਂ ਪਿੰਡ ਹੀ ਸੀ, ਅਤੇ ਉਦੋਂ ਚੁੱਕਿਆ ਗਿਆ। ਬਾਅਦ 'ਚ ਮੁੜ ਕੇ ਸਾਡਾ ਕੋਈ ਜਿਹੜਾ ਮਿਸ਼ਨ ਸੀ ਸਾਰਾ ਖਿੰਡ ਪੌਂਡੀ ਗਿਆ। ਚੁੱਕੇ ਜਾਣ ਦਾ ਦ੍ਰਿਸ਼ ਦੱਸੋ, ਚੁੱਕੇ ਜਾਣਾ ਵੀ ਆਮ ਨਹੀਂ ਹੁੰਦਾ, ਕੀ ਕੁਛ ਵਾਪਰਿਆ? ਆਰਮੀ ਆਈ, ਆਰਮੀ ਨੇ ਘੇਰਾ ਪਾ ਲਿਆ ਪਿੰਡ ਨੂੰ, ਪਿੰਡ ਨੂੰ। ਮੈਂ ਪਿੰਡ 'ਚ ਹੀ ਮੈਨੂੰ ਬੁਲਾਇਆ ਗਿਆ ਇੱਥੇ, ਅਤੇ ਮੇਰਾ ਪਹਿਲਾਂ ਤਾਂ ਸੁਭਾਅ ਰਿਹਾ ਮੈਂ ਕਦੇ ਗੱਲ ਦਾ ਲਕਾਰ ਨਹੀਂ ਰੱਖਿਆ। ਕੈਪਟਨ ਸਾਹਿਬ ਆਏ ਫੌਜ ਦੇ, ਉਹ ਮੈਨੂੰ ਕਹਿਣ ਲੱਗੇ ਵੀ ਹਾਂਜੀ ਭਾਈ ਅਮਰਜੀਤ ਸਿੰਘ ਜੀ, ਬਾਬਾ ਜੀ ਦੱਸੋ ਸੁਰਜੀਤ ਆਪਣੇ ਕੋਲ ਆ ਹੁਣ ਵੀ, ਸੁਰਜੀਤ ਸਿੰਘ ਬਹਿਲਾ ਤੁਹਾਡਾ ਭਰਾ ਵਾ। ਪਹਿਲਾਂ ਨਾ ਉਹਨਾਂ ਮੈਨੂੰ ਪਹਿਲਾਂ ਕਿਹਾ ਵੀ ਤੁਹਾਡੇ ਉਹ ਦੋਸਤ ਮਾਰਿਆ ਗਿਆ ਵਾ ਲਿਬਰੇਸ਼ਨ ਵਾਲਾ, ਆਪਣਾ ਗੁਰਸੇਵਕ ਸਿੰਘ ਫੌਜੀ ਵਾਸੀ ਕਲੀਅਰ ਲਿਬਰੇਸ਼ਨ ਆ ਸੀ ਉਹ, ਮੇਰੇ ਨਾਲ ਬੜਾ ਉਹਦਾ ਹੀ ਪਿਆਰ ਸੀ। ਅਤੇ ਮੈਂ ਗਾੜੀਆਂ ਜਵਾਬ ਦਿੱਤਾ ਵੀ ਠੀਕ ਹੈ ਜੀ, ਮਰੇ ਦਾ ਦੁੱਖ ਤਾਂ ਹੁੰਦਾ ਹੀ ਆ, ਬਾਕੀ ਸਾਡੇ ਕੋਲ ਆਉਂਦਾ ਜਾਂਦਾ ਸੀ, ਬਹਿਣ ਖਲੋਣੀ ਹੁੰਦਾ ਤਾਂ ਹੈ ਆ। ਬਾਅਦ 'ਚ ਕਹਿਣ ਲੱਗੇ ਵੀ ਤੁਹਾਡਾ ਬਹਿਲਾ ਸਾਹਿਬ ਤਾਂ ਹੁਣ ਤੁਹਾਡੇ ਕੋਲ ਹੋਣੇ ਆ। ਮੈਂ ਹਜੇ ਇਸ ਵੇਲੇ ਕੋਲ ਨਹੀਂ, ਅਤੇ ਜਦੋਂ ਆਉਣਗੇ ਮੈਂ ਤੁਹਾਨੂੰ ਸੁਣਾ ਤੁਹਾਡਾ ਜ਼ਰੂਰ ਪਹੁੰਚਾ ਦੂੰਗੇ, ਤੁਹਾਨੂੰ ਕੈਪਟਨ ਸਾਹਿਬ ਬੰਡਾਲੇ ਤੋਂ ਆਏ ਮਿਲਣਾ ਚਾਹੁੰਦੇ ਆ। ਹੱਸ ਪਿਆ ਦਾ ਵੀ ਬੜੀ ਸਿੱਧੀ ਸਿੱਧੀ ਬਾਤੇ ਕਰਦਾ ਵੀ ਤੂੰ ਦੇ। ਮੈਂ ਹੀ ਤੁਹਾਨੂੰ ਮਿੰਗੀ ਦੱਸ ਕੇ ਭੇਜਿਆ ਹੀ ਕਿਸੇ ਨੇ, ਕਿਉਂਕਿ ਮੈਂ ਇਲੈਕਸ਼ਨ ਲੜੀ ਆ, ਮੇਰੇ ਉਹ ਇਸ਼ਤਿਹਾਰ ਜਾਰੀ ਕਰਦਾ ਰਿਹਾ ਬਾਬਾ ਮਾਣੋਚਾਲ ਦਾ, ਕਹਿੰਦਾ ਮੈਨੂੰ ਲਕਾਰ ਰੱਖਣ ਦਾ ਮਸਲਾ ਹੀ ਕੋਈ ਨਹੀਂ ਇਹਦੇ 'ਚ। ਤੁਹਾਨੂੰ ਵੀ ਪਤਾ ਮੇਰਾ ਉਹਨਾਂ ਦਾ ਭਰਾਵਾਂ ਵਾਲੇ ਰਿਲੇਸ਼ਨ ਆ ਦੋਵਾਂ ਨਾਲ। ਚਲੋ ਹੱਸ ਪਿਆਂ ਦੇ, ਚਲੋ ਫਿਰ ਤੁਹਾਡੇ ਮੈਨੂੰ ਸਰਕਾਰੀ ਹਥਿਆਰ ਇਸ਼ੂ ਹੋਏ ਸੀ ਉਹ ਇਲੈਕਸ਼ਨ ਦਾ ਕਰਕੇ, ਤੁਹਾਡੇ ਹਥਿਆਰ ਕਿੱਥੇ ਆ? ਮੈਂ ਉਹ ਹਥਿਆਰ ਵਿਖਾਏ ਦੇ ਤੇ, ਆਉਂਦੇ ਵੀ ਚਲੋ ਤੁਸੀਂ ਸਾਡੇ ਨਾਲ ਹੀ ਚਲੋ। ਬਸ ਮੈਨੂੰ ਚੁੱਕ ਕੇ ਲੈ ਗਿਆ ਜੰਡਿਆਲਾ ਗੁਰੂ। ਪਿੰਡ ਸਕੂਲ 'ਚ ਬਾਅਦ 'ਚ ਆਉਂਦੇ ਆ, ਮੁੜ ਕੇ ਫਿਰ ਕੀ ਕੀਤਾ ਕਿ ਉਹਦੇ ਤੋਂ ਬਾਅਦ 'ਚ ਮੈਨੂੰ ਇਹਨਾਂ ਦੁਬਾਰਾ ਘੇਰਾ ਪਾਇਆ ਪਿੰਡ 20 ਜਨਵਰੀ। ਇੱਕ ਵਾਰ ਇੱਕੋ ਦਿਨ ਛੱਡ ਕੇ ਦੁਬਾਰਾ ਘੇਰਾ ਪਾਇਆ ਮੈਂ, 21 ਜਨਵਰੀ ਦੇ ਦਿਨ ਸੀ ਉਹਦੇ ਤੋਂ ਜਿਸ ਵੇਲੇ ਘੇਰੇ ਦੇ ਵਿੱਚ ਮੈਨੂੰ ਕਹਿਣ ਲੱਗੇ ਵੀ ਰਾਤ ਜਿਹੜੇ ਵਾਕਿਆ ਹੀ ਉਹ ਸੁਰਜੀਤ ਬਹਿਲਾ, ਮੈਂ ਖਬਰਾਂ ਸੁਣ ਰਿਹਾ ਸੀ TV ਦੀਆਂ, ਅਤੇ ਜਦੋਂ ਮੈਨੂੰ ਸਵੇਰੇ ਬੁਲਾਇਆ ਗਿਆ ਇਹਦੇ ਫੌਜ ਦੇ ਕਰਨਲ SP ਸੰਧੂ, ਖੂਬੀ ਰਾਮ, ਸੰਜੀਵ ਕਾਲੜਾ, ਇਹ ਸਾਰੇ ਹੀ
ਮੈਨੂੰ ਇਹਨਾਂ ਬੁਲਾਇਆ ਬਾਹਰ ਵੀ ਆ ਜਾਓ ਸਰਪੰਚ ਸਾਹਿਬ, ਤੁਸੀਂ ਆ ਜਾਓ MLA ਸਾਹਿਬ ਆ। ਉਹ ਕਹਿਣ ਲੱਗੇ ਵੀ ਤੁਹਾਡੇ ਕੋਲ ਖੂਬੀ ਰਾਮ ਕਹਿੰਦੇ ਵੀ ਸੁਰਜੀਤ ਸਿੰਘ ਅਤੇ ਬਹਿਲਾ ਤੂੰ ਰਾਤ 7:30 ਟੀ ਵੀ ਦੀਆਂ ਖਬਰਾਂ ਸੁਣਦੇ ਸੀ? ਮੈਂ ਜੀ ਬਿਲਕੁਲ ਸੁਣਦੇ ਹਾਂ। ਆਉਂਦੇ ਫਿਰ ਤੁਸੀਂ ਖਾਣਾ ਵੀ ਖਾਧਾ? ਮੈਂ ਜੀ ਖਾਧਾ। ਫਿਰ ਆਉਂਦੇ ਵੀ ਗਏ ਕਿੱਥੇ ਆ ਬਹਿਲਾ ਅਤੇ ਦੂਜਾ ਮੱਦੀ, ਗਏ ਕਿੱਥੇ ਆ ਉਹ ਦੋ ਬੰਦੇ? ਹੁਣ ਦੱਸਣ ਵਾਲੇ ਉਹ ਦੱਸਿਆ। ਮੈਂ ਜੀ ਮੈਂ ਖਬਰਾਂ ਸੁਣਨ ਤੋਂ ਬਾਅਦ, ਰੋਟੀ ਖਾਣ ਤੋਂ ਬਾਅਦ ਆਪਣਾ ਦਰਵਾਜ਼ਾ ਬੰਦ ਕਰ ਲਿਆ, ਮੈਨੂੰ ਨਹੀਂ ਪਤਾ ਕਿੱਥੇ ਗਏ ਆ। ਉਸੇ ਵੇਲੇ ਇਹਨਾਂ ਮੈਨੂੰ ਇੰਟੈਰੋਗੇਸ਼ਨ ਕਰਨਾ ਸ਼ੁਰੂ ਕਰਤਾ। ਘਰ ਦੇ ਵਿੱਚ ਹੀ ਜਾਂ ਬਾਹਰ? ਨਹੀਂ, ਪਿੰਡ ਦੇ ਬਾਹਰ ਖੜ ਕੇ ਬੰਬੀ 'ਤੇ। ਬੰਬੀ 'ਤੇ ਉਹਦੇ ਤੋਂ ਬਾਅਦ ਉਹ ਕਹਿਣ ਲੱਗੇ ਵੀ ਨਹੀਂ ਇਹ ਬੰਦਾ ਪੱਕਾ, ਇਹਨੇ ਐਵੇਂ ਚੀਕਾਂ ਹੀ ਮਾਰਦਾ, ਇਹ ਕੁਛ ਨਹੀਂ ਦੱਸੂਗਾ। ਖੂਬੀ ਰਾਮ ਸਾਹਿਬ ਮੈਨੂੰ ਲੈ ਗਏ ਤਰਨ ਤਾਰਨ ਸ਼ੁਰੂ ਕਰਤਾ। ਅਗਲੇ ਦਿਨ 8 ਫਿਰ ਪਿੰਡ ਨੂੰ ਘੇਰਾ ਉਸੇ ਤਰ੍ਹਾਂ ਬਰਕਰਾਰ ਸੀ। ਪਿੰਡ 'ਚ ਹੋਰ ਵੀ ਕੋਈ ਬੰਦਾ ਫੜਿਆ? ਨਹੀਂ ਜੀ, ਹੋਰ ਫੜੇ ਸੀ ਪਰ ਉਹਨਾਂ ਨੂੰ ਕਿਸੇ 'ਤੇ ਕੋਈ ਜ਼ੋਰ ਨਹੀਂ ਹੇਡਾ। ਇੱਕ ਜਿਹੜਾ ਮੇਰਾ ਕੰਮ ਆ ਸੀ ਉਹਦੇ 'ਤੇ ਸੀ, ਜਾਂ ਮਿਰਤੇ ਸੀ। ਅਗਲੇ ਦਿਨ ਉਹ ਕਹਿਣ ਲੱਗੇ ਵੀ ਅਮਰਜੀਤ ਸਿੰਘ ਅਤੇ ਉਹਦੇ ਜਿਹੜਾ ਕੰਮ ਆ ਵਾ ਉਹਨੂੰ ਲੈ ਆਓ। ਨਹੀਂ, ਤੁਹਾਡਾ ਕੰਮ ਵੀ ਮੂਵਮੈਂਟ 'ਚ ਸਾਥ ਦਿੰਦਾ? ਉਹ ਨਾਲ ਰਹਿਣ, ਉਹ ਰੋਟੀ ਪਾਣੀ ਖਵਾਉਣ ਦੇ ਕੰਮ ਤਾਂ ਪਤਾ ਹੁੰਦਾ ਸਾਰਾ, ਜਦੋਂ ਨਾਲ 24 ਘਰ ਰਹਿਣਾ। ਪਰ ਉਹ ਇੰਨਾ ਨਹੀਂ ਵਿਚਾਰੇ ਦੇ ਰਿਲੇਸ਼ਨ, ਉਹਨੂੰ ਤਾਂ ਨਾਲ ਸਾਡੇ ਕਰਕੇ ਵੱਜਣੀਆਂ ਹੈ ਵੀ ਸਾਡੇ ਨਾਲ ਆਓ। ਉਹਨੂੰ ਤਾਂ ਇਸੇ ਵਜ੍ਹਾ ਜੀ। ਜਿਸ ਵੇਲੇ ਅਗਲੇ ਦਿਨ ਫਿਰ ਲਿਆਉਂਦਿਆਂ ਸਾਰੇ ਮੈਨੂੰ ਕਹਿਣ ਲੱਗੇ ਵੀ ਇੱਥੇ ਫਿਰ ਮੇਰੀ ਬੜੀ ਇੰਟੈਰੋਗੇਸ਼ਨ ਕੀਤੀ ਸਕੂਲ 'ਚ। ਪਿੰਡ 'ਚ ਸਕੂਲ, ਮੇਰੇ ਸਕੂਲ ਪ੍ਰਾਇਮਰੀ 'ਚ ਸਾਰੀ ਦਿਹਾੜੀ ਮੇਰੇ ਜਿਹੜੇ ਪਿੰਡ ਦੇ ਲੋਕ ਸੀ ਉਹ ਵਿਚਾਰੇ ਕੰਬਦੇ ਸੀ, ਜਿਹੜੇ ਮੇਰੇ ਹਾਣੀ ਮੁੰਡੇ ਸੀ ਉਹ ਮੂਦਦੇ ਕਿ ਮੇਰਾ ਨਾਂ ਨਾ ਲੈ ਦੇ, ਕਿਉਂਕਿ ਹੁਣ ਮੇਰੇ ਰਿਲੇਸ਼ਨ ਬਹੁਤ ਗੂੜੇ, ਸਾਰੇ ਪਤਾ ਇੱਕ ਜੀ ਪਿੰਡ ਦੇ ਘਰ 'ਤੇ ਰਹਿੰਦੇ ਸੀ ਉਹ 24 'ਤੇ ਬੜੇ ਬੜੇ ਲੀਡਰ ਆਉਂਦੇ ਸੀ ਅਤੇ ਮਾਣੋ ਚਾਲ ਹਰੇਕ ਦੇ ਘਰ, ਕਦੇ ਕਿਸੇ ਦੇ ਬਹਿ ਗਿਆ, ਅੱਜ ਕਿਸੇ ਦੇ ਬਹਾਉਣਾ ਅਤੇ ਆਪਣੇ ਘਰ ਬਣਾ ਨਹੀਂ ਸਕਦੇ ਚੌਂਕ 'ਚ। ਸਾਰੀ ਦਿਹਾੜੀ ਮੇਰੀ ਇੰਟੈਰੋਗੇਸ਼ਨ ਹੁੰਦੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਪਿੰਡ ਦੇ ਵਿੱਚ ਲਿਆ ਕੇ ਤੁਹਾਨੂੰ ਇੰਟੈਰੋਗੇਸ਼ਨ ਕਰਨ ਦਾ ਜਾਂ ਕੁੱਟ ਮਾਰਨ ਜਾਂ ਤਸ਼ੱਦਦ ਢਾਉਣ ਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਉਹ ਬੰਦੇ ਦੱਸ ਕਿੱਥੇ ਆ। ਉਹ ਕਹਿੰਦੇ 7:30 ਤੁਸੀਂ ਖਬਰਾਂ ਸੁਣਦੇ ਹੋ, 8 ਅਤੇ ਅਸੀਂ 7 ਘੇਰਾ ਪਾਇਆ ਸੀ ਅਤੇ ਗਏ ਤਾਂ ਬੰਦੇ ਗਏ ਕਿੱਥੇ ਆ? ਉਹ ਬੰਦੇ ਚਾਹੀਦੇ ਆ। ਮੈਂ ਕਿਹਾ ਸਾਹਿਬ ਬੰਦੇ ਹੈ ਨਹੀਂ ਗਏ, ਬੰਦੇ ਚਲੇ ਗਏ ਆ, ਬੰਦਿਆਂ ਦਾ ਮੈਨੂੰ ਕੋਈ ਪਤਾ ਨਹੀਂ। ਅਸਲ ਬੰਦੇ ਕਿੱਥੇ ਸੀ? ਇਹ ਨਹੀਂ ਪਤਾ ਬੰਦੇ ਕਿੱਥੇ ਸੀ, ਕਿਉਂਕਿ ਇਹ ਗੱਲਾਂ ਨਹੀਂ ਕੋਈ ਜਨਰਲ ਕਰਨ ਵਾਲੀਆਂ ਹੁੰਦੀਆਂ। ਉਹ ਬੰਦੇ ਚਲੇ ਗਏ ਆ, ਮੈਂ ਕਿਹਾ ਮੈਨੂੰ ਇਹਦੇ ਬਾਰੇ ਪਤਾ ਨਹੀਂ। ਫਿਰ ਉਹਨਾਂ ਕੀ ਕੀਤਾ ਕਿ ਸੁਖਵੰਤ ਸਿੰਘ ਦੇ ਘਰ ਖੜ ਕੇ ਮੈਨੂੰ ਸੁੱਟਿਆ, ਜਿਹੜਾ ਉਹਨਾਂ ਪੰਡਤਾਂ ਕੋਲ ਲਿਆ ਸੀ। ਉਹਦੇ ਤੋਂ ਬਾਅਦ ਮੈਨੂੰ ਸਿੱਧਾ ਫਿਰ ਉੱਥੇ ਲੈ ਗਏ ਆ ਸਟਾਫ ਤਰਨ ਤਾਰਨ। ਫਿਰ ਮੇਰੀ ਉੱਦਣ ਵੀ ਮੈਨੂੰ ਕਦੇ ਟਾਂਗ ਬਹੁਤ ਇੰਟੈਰੋਗੇਸ਼ਨ ਕੀਤੀ, ਅਗਲੇ ਦਿਨ ਫਿਰ ਸ਼ੁਰੂ ਕਰਤੀ। ਇੰਟੈਰੋਗੇਸ਼ਨ ਦੇ ਵਿੱਚ ਕੀ ਹੋਇਆ? ਅਲਫ ਨੰਗਿਆਂ ਕਰਕੇ ਚੱਡੇ ਪਾੜਨੇ, ਪੁੱਠੀਆਂ ਬਾਂਹ ਵਰ ਕੇ ਥੱਲੇ ਇੱਟਾਂ ਬੰਨ ਕੇ ਟੰਗ ਦੇਣਾ, ਇੱਕ ਬਜਰੀ ਦਾ ਪੈ ਭਰਿਆ ਹੁੰਦਾ ਇਹ 6 ਦਾ, ਉਹਦੇ ਦੇ ਮੇਰੇ ਪੱਟਾਂ ਦੇ ਲੱਤਾਂ ਦੇ ਫੇਰਨਾ, ਉਹਨੂੰ ਘੋਟਣਾ ਕਹਿੰਦੇ ਇਹ, ਕਰੰਟ ਲਾਉਣੇ ਗੂਠੇ ਨੂੰ, ਗਰੂਠੇ ਨੂੰ ਤਾਰ ਬੰਨ ਕੇ ਇੱਥੇ ਸਾਰੀ ਥਾਂ ਲਾਉਣੀ, ਝਟਕੇ ਮਰਾਉਣੇ, ਬਹੁਤ ਇੱਕ
ਕੋਈ ਪਟਾ ਜਾਂ ਕੋਈ ਛਿੱਤਰ ਉਹ ਇਹ ਖਾੜਕੂ ਲੈਣ ਦੇ ਬੰਦੇ ਨੂੰ ਨਹੀਂ ਮਾਰਦੇ, ਉਹਨਾਂ ਨਾਲ ਇਹੋ ਚਾਰੇ ਤਰੀਕੇ ਕਰਦੇ। ਫਿਰ ਜਿਸ ਵੇਲੇ ਚੌਥੀ ਰਾਤ ਸੀ ਅਤੇ ਰਾਤ ਦੇ ਕਮ ਸੇ ਕਮ ਮੇਰਾ ਖਿਆਲ ਇੱਕ ਦੋ ਦਾ ਟਾਈਮ ਹੋਊਗਾ, ਮੈਨੂੰ ਬਹੁਤ ਟਾਈਮ ਲੰਘ ਗਿਆ। ਫਿਰ ਜਿਸ ਵੇਲੇ ਮੈਂ ਬਿਲਕੁਲ ਮਰਨ ਦੇ ਕਿਨਾਰੇ ਹਾਂ ਅਤੇ ਮੇਰੇ ਮੂੰਹ 'ਚ ਝੱਗ ਵਗਣ ਡਈ ਅਤੇ ਮੇਰੇ ਮੂੰਹ ਤੋਂ ਨਿਕਲੀ ਇਹ ਗੱਲ ਸੰਧੂ ਨੂੰ, ਮੈਂ ਮੈਨੂੰ ਗੋਲੀ ਮਾਰ, ਮੇਰਾ ਭਰਾ ਹੀ ਮਾਣੋ ਚਾਰ SSP ਅਜੀਤ ਸਿੰਘ ਸੰਧੂ ਨੂੰ, ਮੈਂ ਕਿਹਾ ਮੈਨੂੰ ਗੋਲੀ ਮਾਰੋ, ਮੇਰਾ ਭਰਾ ਹੀ ਮਾਣੋ ਚਾਲ ਆ। ਜਦੋਂ ਇਹ ਗੱਲ ਨਿਕਲੀ, ਇਸ ਗੱਲ 'ਤੇ ਮੈਨੂੰ ਨਹੀਂ ਪਤਾ ਵੀ ਕੀ ਖੂਬੀ ਰਾਮ ਨੂੰ ਹੋਇਆ, SSP ਜਿਹੜਾ SSP ਖੂਬੀ ਰਾਮ ਪ੍ਰੇਸ਼ਨ, ਉਹ ਉਸੇ ਵੇਲੇ ਹੀ ਪਤਾ ਨਹੀਂ ਉਹਨੂੰ ਕੀ ਤਰਸਾਇਆ ਜਾਂ ਕੀ ਉਹਦੇ ਪਰਮੇਸ਼ਰ ਨੇ, ਮੇਰੇ ਕੋਲ ਆਉਂਦਾ ਉੱਠ ਕਾਲੜਾ ਸਾਹਿਬ ਚੱਲੀਏ, ਇਸ ਗੰਦੇ ਅਵਸਰ ਦੇ ਲਾਗੇ ਬਹਿਣਾ ਮਾਂ ਪਾ ਪਿਆ। ਉਹ ਪੰਜ ਰੋਜ਼ ਹੋ ਗਏ, ਉਹ ਬੋਲ ਰਿਹਾ ਮੇਰਾ ਬਾਈ ਹੈ, ਬਾਈ ਸੀ ਅੱਗੇ ਕਿਹਾ ਤਾ ਹੈ ਅਤੇ ਇਹਨੂੰ ਨਹੀਂ ਪਤਾ ਬਾਈ ਕਿਹਾ। ਉਸੇ ਵੇਲੇ ਹੀ ਉਹ ਦੋਵੇਂ ਜਿਹੜੇ ਕਾਲੜਾ ਸਾਹਿਬ ਅਤੇ ਖੂਬੀਰਾਮ ਉੱਠ ਕੇ ਚਲੇ ਗਏ ਆ, ਜਿਹੜੇ ਮੈਨੂੰ ਅੰਟੈਰੋ ਕਾਲਜ ਨੇ ਮਾਣੋ ਚਾਲ ਹੋਣੀ ਉਹ ਛੱਡ ਗਏ ਭੱਜ ਗਏ, ਅਤੇ ਮੁੜ ਕੇ ਆਵੇ ਸੰਧੂ ਨਿਕਲ ਗਿਆ ਬਾਹਰ ਜਾ ਕੇ। ਇੰਨੀ ਕੁ ਮੈਨੂੰ ਆਵਾਜ਼ ਸੁਣਦੀ ਹੈ, ਆਉਂਦਾ ਲੈ ਜਾਓ ਨਹੀਂ ਚੁੱਕੇ ਹੋਏ, ਮੁੜ ਕੇ ਮੈਨੂੰ ਸਿਟੀ ਥਾਣੇ ਲੈ ਗਏ ਆ। ਉਹਦੇ ਤੋਂ ਬਾਅਦ ਮੇਰਾ ਇਲਾਜ ਸ਼ੁਰੂ ਹੋ ਗਿਆ, ਉਹਦੇ ਤੋਂ ਬਾਅਦ ਮੈਨੂੰ ਕਿਸੇ ਨਹੀਂ ਖਵਾਇਆ। ਫਿਰ ਬਾਅਦ 'ਚ ਉਹਨਾਂ ਮੈਨੂੰ ਜ਼ਿਲ੍ਹੇ ਭੇਜਿਆ, ਪੰਜ ਮੇਰਾ ਹਾਲਾ ਤਰੀਕ ਨੂੰ ਜ਼ਿਲ੍ਹੇ ਭੇਜਦਾ, ਪੰਜ ਮਾਰਚ। ਹਾਂਜੀ ਹਾਂਜੀ। ਅੱਛਾ ਜਾਣੇ, ਇੱਕ ਗੱਲ ਇਹ ਵੀ ਸੀ ਕਿ 27 ਜਨਵਰੀ 1992 ਨੂੰ ਭਾਈ ਪੱਪੂ ਗੋਰੇ ਦਾ ਮੁਕਾਬਲਾ ਹੋਇਆ ਜੀ ਹੋਇਆ।